ਪੰਜਾਬ ਵਿੱਚ ਕਿਸਾਨਾਂ ਵੱਲੋਂ ਅਕਸਰ ਇਹ ਇਲਜ਼ਾਮ ਲਾਏ ਜਾਂਦੇ ਨੇ ਕਿ ਬਾਹਰੀ ਸੂਬਿਆਂ ਤੋਂ ਲਿਆ ਕੇ ਪੰਜਾਬ ਵਿੱਚ ਕਣਕ ਜਾਂ ਝੋਨਾ ਵੇਚਿਆ ਜਾਂਦਾ ਹੈ, ਜਿਸ ਕਾਰਨ ਪਿਛਲੇ ਕਈ ਸਾਲਾਂ ਤੋਂ ਕਈ ਤਰ੍ਹਾਂ ਦੇ ਵਿਵਾਦ ਵੀ ਖੜ੍ਹੇ ਹੋਏ ਨੇ। ਕਿਸਾਨਾਂ ਵੱਲੋਂ ਟਰੱਕਾਂ ਟਰਾਲਿਆਂ ਨੂੰ ਰੋਕਿਆ ਵੀ ਜਾਂਦਾ ਹੈ। ਹਮੇਸ਼ਾ ਇਲਜ਼ਾਮ ਲੱਗਦੇ ਨੇ ਕਿ ਕੁਝ ਲੋਕ ਯੂਪੀ ਤੋਂ 1000 ਰੁਪਏ ਪ੍ਰਤੀ ਕੁਇੰਟਲ ਕਣਕ ਜਾਂ ਝੋਨਾ ਖਰੀਦ ਕੇ ਪੰਜਾਬ ਵਿੱਚ ਵੇਚਦੇ ਨੇ, ਜਿਸ ਤੋਂ ਬਾਅਦ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬਾਹਰੋਂ ਆ ਰਹੇ ਝੋਨੇ 'ਤੇ ਤੁਰੰਤ ਪਾਬੰਦੀ ਲਗਾਉਣ ਦੇ ਹੁਕਮ ਦਿੱਤੇ ਸੀ, ਜਿਸ ਤਹਿਤ ਕਾਰਵਾਈ ਕਰਦਿਆਂ ਸੰਗਰੂਰ ਦੀ ਮੂਣਕ ਪੁਲਿਸ ਵੱਲੋਂ ਹੁਣ ਹਰਿਆਣਾ ਪੰਜਾਬ ਬਾਰਡਰ 'ਤੇ ਚੈਕਿੰਗ ਕੀਤੀ ਜਾ ਰਹੀ ਹੈ, ਜਿਸ ਵਿੱਚ ਹਰਿਆਣਾ ਦੇ ਰਾਸਤੇ ਪੰਜਾਬ ਆ ਰਹੇ 2 ਟਰੱਕਾਂ ਨੂੰ ਕਾਬੂ ਕੀਤਾ ਗਿਆ। ਇਹਨਾਂ ਟਰੱਕਾਂ ਵਿੱਚ ਯੂਪੀ ਤੋਂ ਸਸਤੇ ਰੇਟਾਂ 'ਤੇ ਝੋਨਾ ਖਰੀਦ ਕੇ ਪੰਜਾਬ ਲਿਆਂਦਾ ਜਾ ਰਿਹਾ ਸੀ। ਉੱਧਰ ਮੂਣਕੇ ਇਲਾਕੇ ਦੇ ਥਾਣਾ ਮੁਖੀ ਗੁਰਮੀਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਹੁਕਮਾਂ ਦੇ ਬਾਵਜੂਦ ਵੀ ਕਈ ਵਪਾਰੀ ਜ਼ਬਰਦਸਤੀ ਪੰਜਾਬ ਵਿੱਚ ਝੋਨਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ, ਜਿਨ੍ਹਾਂ ਨੂੰ ਕਿ ਵੱਡੀ ਪੱਧਰ 'ਤੇ ਕਾਬੂ ਕੀਤਾ ਜਾ ਰਿਹਾ ਹੈ। ਉਹਨਾਂ ਬੋਗਸ ਬਿੱਲਾਂ ਰਾਹੀਂ ਪੰਜਾਬ ਵਿੱਚ ਝੋਨਾ ਲਿਆ ਰਹੇ ਵਪਾਰੀਆਂ ਨੂੰ ਕਾਰਵਾਈ ਲਈ ਚੇਤਾਵਨੀ ਵੀ ਦਿੱਤੀ ਹੈ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਬਾਰਡਰਾਂ ਦੇ ਉੱਤੇ ਜਿਹੜੇ ਨਾਲ ਸਾਡੇ ਨਜ਼ਦੀਕੀ ਸਟੇਟ ਹਰਿਆਣਾ ਉਹਦੇ ਬਾਰਡਰ ਦੇ ਉੱਤੇ ਅਸੀਂ ਨਾਕਾਬੰਦੀ ਕੀਤੀ ਹੋਈ ਹੈ। ਸਾਡੇ 2 ਨਾਕੇ ਕੜੈਲ ਅਤੇ ਰਾਮਪੁਰਾ ਪਿਕਟ ਚੱਲ ਰਹੇ ਨੇ। ਪਿਛਲੇ 2 ਦਿਨਾਂ ਦੇ ਵਿੱਚ ਅਸੀਂ 2 ਟਰੱਕ ਫੜੇ ਨੇ ਜਿਹੜੇ ਯੂਪੀ ਤੋਂ ਚਾਵਲ ਲੈ ਕੇ ਆ ਰਹੇ ਸੀ, ਜਿਨ੍ਹਾਂ ਦੇ ਅਧੀਨ 109 ਅਤੇ 110 ਦੋ FIR ਅਸੀਂ 420 ਸੈਕਸ਼ਨ ਦੇ ਤਹਿਤ ਦਰਜ ਕਰ ਲਈਆਂ ਨੇ ਅਤੇ ਅੱਗੇ ਤਫਤੀਸ਼ ਜਾਰੀ ਹੈ। ਅਸੀਂ ਹੁਣ ਵੀ ਜਿਹੜੇ ਵਪਾਰੀ ਨੇ ਭਾਵੇਂ ਨਾਲ ਦੀ ਸਟੇਟ ਦੇ ਨੇ ਭਾਵੇਂ ਸਾਡੀ ਸਟੇਟ ਦੇ ਨੇ, ਉਹਨਾਂ ਨੂੰ ਅਗਾਹ ਕਰਦੇ ਹਾਂ ਵੀ ਜਿਹੜੀ ਬੋਗਸ ਬਿਲਿੰਗ ਦੇ ਤਹਿਤ ਉਹ ਗੱਡੀਆਂ ਲੈ ਕੇ ਆ ਰਹੇ ਨੇ ਉਹ ਬਿਲਕੁਲ ਬੰਦ ਕਰ ਦੇਣ, ਨਹੀਂ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ। ਦੱਸੀਏ ਕਿ ਪੰਜਾਬ ਸਰਕਾਰ ਨੇ ਬੀਤੇ ਦਿਨੀ ਹੁਕਮ ਜਾਰੀ ਕਰਦਿਆਂ ਪੰਜਾਬ ਵਿੱਚ ਵਿਕਣ ਵਾਲੀ ਝੋਨੇ ਦੀ ਜ਼ਿੰਮੇਵਾਰੀ ਜ਼ਿਲ੍ਹਾ SSP ਨੂੰ ਦਿੱਤੀ ਸੀ। ਸੁਖਜਿੰਦਰ ਸਿੰਘ ਰੰਧਾਵਾ ਨੇ ਹੁਕਮ ਦਿੱਤੇ ਸਨ ਕਿ ਪੰਜਾਬ ਵਿੱਚ ਬਾਹਰੀ ਸੂਬਿਆਂ ਤੋਂ ਆ ਰਹੀ ਝੋਨੇ ਦੀ ਫਸਲ 'ਤੇ ਤੁਰੰਤ ਬ੍ਰੇਕ ਲਾਈ ਜਾਵੇ ਅਤੇ ਜੇਕਰ ਫਸਲ ਆਉਂਦੀ ਹੈ ਤਾਂ ਇਸ ਲਈ ਜ਼ਿਲ੍ਹੇ ਦਾ SSP ਜ਼ਿੰਮੇਵਾਰ ਹੋਵੇਗਾ। ਉਹਨਾਂ ਪੰਜਾਬ ਦੇ ਬਾਰਡਰਾਂ 'ਤੇ ਨਾਕੇਬੰਦੀ ਵਧਾਉਣ ਦੇ ਹੁਕਮ ਵੀ ਦਿੱਤੇ ਨੇ। ਹਾਲਾਂਕਿ ਅਕਸਰ ਇਹ ਸਵਾਲ ਕੀਤਾ ਜਾਂਦਾ ਹੈ ਕਿ ਝੋਨਾ ਜਾਂ ਕਣਕ ਕਿਸੇ ਵੀ ਸੂਬੇ ਤੋਂ ਆ ਕੇ ਕਿਸੇ ਵੀ ਸੂਬੇ ਵਿੱਚ ਵਿਕੇ ਇਸ ਦਾ ਕੀ ਫਰਕ ਪੈਂਦਾ ਹੈ, ਪਰ ਇਸ ਦਾ ਸਿੱਧਾ ਸਿੱਧਾ ਅਸਰ ਪੰਜਾਬ ਦੇ ਕਿਸਾਨਾਂ ਉੱਪਰ ਪਏਗਾ। ਦਰਅਸਲ ਕੇਂਦਰ ਵੱਲੋਂ ਜਿਹੜਾ ਪੈਸਾ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਖਰੀਦਣ ਲਈ ਅਲਾਟ ਕੀਤਾ ਜਾਂਦਾ ਹੈ, ਉਹ ਦੂਜੇ ਸੂਬਿਆਂ ਤੋਂ ਆ ਰਹੀ ਫਸਲ ਨਾਲ ਦੂਜੇ ਸੂਬਿਆਂ ਦੇ ਕਿਸਾਨਾਂ ਵਿੱਚ ਵੀ ਵੰਡਿਆ ਜਾਂਦਾ ਹੈ ਅਤੇ ਇਸ ਨਾਲ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਦੀ ਅਦਾਇਗੀ ਨਹੀਂ ਹੋ ਪਾਉਂਦੀ, ਜਿਸ ਕਾਰਨ ਕਿਸਾਨਾਂ ਵੱਲੋਂ ਇਸ ਸਭ ਦਾ ਵੱਡੇ ਪੱਧਰ 'ਤੇ ਵਿਰੋਧ ਵੀ ਕੀਤਾ ਜਾਂਦਾ ਰਿਹਾ ਹੈ। ਸੰਗਰੂਰ ਤੋਂ ਸੰਦੀਪ ਗੋਇਲ, ਪੰਜਾਬੀ ਲੋਕ ਚੈਨਲ।